ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ 'ਤੇ। ਕਿਵੇਂ ਹੋ ਜੀ ਤੁਸੀਂ ਸਾਰੇ? ਉਮੀਦ ਹੈ ਵਾਹਿਗੁਰੂ ਜੀ ਦੀ ਕਿਰਪਾ ਨਾਲ ਠੀਕ ਠਾਕ ਹੋਵੋਗੇ ਅਤੇ ਰਾਜ਼ੀ ਖੁਸ਼ੀ ਹੋਵੋਗੇ। ਅਸੀਂ ਵੀ ਠੀਕ ਠਾਕ ਹਾਂ ਜੀ। ਇਹ ਆਪਾਂ ਬਣਾ ਰਹੇ ਹਾਂ ਜੀ ਅੱਜ ਕਰੀਮ। ਇਹ ਆਪਾਂ ਚੌਲ ਲਏ ਸੀ ਥੋੜ੍ਹੇ ਜਿਹੇ, 2-3 ਘੰਟੇ ਇਹਨਾਂ ਨੂੰ ਆਪਾਂ ਭਿਉਂ ਕੇ ਰੱਖ ਦਿੱਤਾ ਸੀ ਪਾਣੀ 'ਚ। ਅਤੇ 1 ਚਮਚਾ ਲਿਆ ਜੀ ਆਪਾਂ ਐਲੋਵੇਰਾ ਜੈਲ, ਆਪਾਂ ਇਹ ਲਈ ਹੈ ਜੀ, ਤੁਸੀਂ ਕੋਈ ਵੀ ਲੈ ਸਕਦੇ ਹੋ। 1 ਚਮਚਾ ਪਾ ਲਿਆ ਆਪਾਂ। ਅਤੇ 2 ਆਪਾਂ ਲਏ ਨੇ ਜੀ ਵਿਟਾਮਿਨ ਈ ਦੇ ਕੈਪਸੂਲ, ਅਤੇ 1 ਲਿਆ ਵਿਟਾਮਿਨ ਏ ਦਾ। ਚੌਲਾਂ ਦਾ ਪਾਣੀ ਲੈਣਾ ਜੀ ਆਪਾਂ ਇਕੱਲਾ, ਤੁਸੀਂ ਜਿੰਨੀ ਕੁ ਵੀ ਬਣਾਉਣੀ ਹੈ ਕਰੀਮ, 1 ਚਮਚੇ ਜੀ ਦੇ ਜਾਂ 2 ਚਮਚਿਆਂ ਦੀ, ਉਹ ਹਿਸਾਬ ਨਾਲ ਬਣਾ ਲਿਓ। ਅੱਜ ਕੁਛ ਆਪਾਂ ਥੋੜ੍ਹੀ ਜਿਹੀ ਅਲੱਗ ਵੀਡੀਓ ਲੈ ਕੇ ਆਉਣ ਦੀ ਕੋਸ਼ਿਸ਼ ਕਰੀਏ ਜੀ। ਤੁਹਾਨੂੰ ਕਿਵੇਂ ਦੀ ਲੱਗੂ ਕਮੈਂਟ ਕਰਕੇ ਜ਼ਰੂਰ ਦੱਸਿਓ। ਇਹ ਆਪਾਂ ਥੋੜ੍ਹੇ ਜਿਹੇ ਕੱਟ ਲਾਂਗੇ ਜੀ ਕੈਂਚੀ ਨਾਲ। ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਇਹਨਾਂ ਨੂੰ ਆਪਾਂ। ਬਹੁਤ ਵਧੀਆ ਕਰੀਮ ਬਣ ਕੇ ਤਿਆਰ ਹੁੰਦੀ ਹੈ ਜੀ ਇਹ। ਇਹਨੂੰ ਬਣਾ ਕੇ ਆਪਾਂ ਡੱਬੀ ਦੇ ਵਿੱਚ ਪਾ ਕੇ ਫਰਿੱਜ 'ਚ ਰੱਖ ਲਾਂਗੇ। 5-6 ਦਿਨਾਂ ਤੱਕ ਇਹਨੂੰ ਵਰਤ ਸਕਦੇ ਹਾਂ ਆਪਾਂ। 5-6 ਦਿਨਾਂ ਬਾਅਦ ਫਿਰ ਬਣਾ ਲਾਂਗੇ ਜੀ ਤਾਜ਼ੀ। ਜੇ ਤੁਸੀਂ 2 ਚਮਚੇ ਐਲੋਵੀਰਾ ਜੈਲ ਲਈ ਹੈ ਤਾਂ 2 ਚਮਚੇ ਚੌਲਾਂ ਦਾ ਪਾਣੀ ਪਾ ਲਿਓ। 2 ਤੋਂ ਥੋੜ੍ਹਾ ਜਿਹਾ ਵੱਧ ਵੀ ਪੈ ਜੂਗਾ ਜੀ ਤਾਂ ਵੀ ਕੋਈ ਚੱਕਰ ਨਹੀਂ। ਪਹਿਲਾਂ ਤੁਸੀਂ ਲਾ ਕੇ ਦੇਖ ਲਿਓ ਜੀ ਥੋੜ੍ਹੀ ਜਿਹੀ ਹੱਥ 'ਤੇ, ਕਈ ਵਾਰੀ ਕਿਸੇ ਚੀਜ਼ ਤੋਂ ਐਲਰਜੀ ਹੁੰਦੀ ਆਪਾਂ ਨੂੰ, ਫਿਰ ਨਾ ਟਰਾਈ ਕਰਿਓ। ਇਹ ਚਮਚੇ ਤੋਂ ਆਪਾਂ ਲਾ ਲਈਏ ਚੰਗੀ ਤਰ੍ਹਾਂ। ਚੰਗੀ ਤਰ੍ਹਾਂ ਇਹਨੂੰ ਮਿਕਸ ਕਰਕੇ ਆਪਾਂ ਐਵੇਂ ਕਰਕੇ ਦੇਖ ਲਾਂਗੇ ਜੀ ਵੀ ਜੇ ਡਿੱਗਦੀ ਤਾਂ ਨਹੀਂ ਪਾਣੀ, ਅਲੱਗ ਤਾਂ ਨਹੀਂ ਹੁੰਦਾ। ਹੋਰ ਕੁਛ ਇਹਦੇ ਵਿੱਚ ਜ਼ਿਆਦਾ ਨਹੀਂ ਕਰਨਾ। 3 ਚੀਜ਼ਾਂ ਪਾਈਆਂ ਨੇ ਆਪਾਂ, ਕੋਈ ਜ਼ਿਆਦਾ ਨਹੀਂ ਪਾਈਆਂ। ਕੰਚ ਦੀ ਕੌਲੀ 'ਚ ਬਣਾਈ ਹੈ ਜੀ ਇਹ ਆਪਾਂ, ਅਤੇ ਕੰਚ ਦੀ ਡੱਬੀ 'ਚ ਪਾ ਕੇ ਰੱਖ ਲਾਂਗੇ।
ਆਪਾਂ ਥੋੜ੍ਹੀ ਬਣਾਈ ਆ ਇਹ, ਆਪਣੇ ਕੋਲ ਐਲੋਵੀਰਾ ਜੈੱਲ ਹੋਰ ਲੈ ਕੇ ਆਉਣ ਵਾਲੀ ਆ, ਜਿੰਨੀ ਕੁ ਸੀ ਆਪਾਂ ਬਣਾ ਲਈ। ਅਤੇ ਇਹ ਡੱਬੀ ਹੈ ਜੀ ਕੰਚ ਦੀ, ਇਹਦੇ ਵਿੱਚ ਪਾ ਲਾਂਗੇ ਆਪਾਂ। ਪਹਿਲਾਂ ਆਪਾਂ ਲਾ ਕੇ ਦਿਖਾਉਂਦੇ ਹਾਂ ਜੀ ਤੁਹਾਨੂੰ। ਤੁਸੀਂ ਵੀ ਪਹਿਲਾਂ ਟਰਾਈ ਕਰ ਲਿਓ ਜੀ ਹੱਥ 'ਤੇ ਲਗਾ ਕੇ, ਕਿਸੇ ਚੀਜ਼ ਤੋਂ ਕਈ ਵਾਰ ਐਲਰਜੀ ਹੁੰਦੀ ਹੈ, ਫਿਰ ਨਾ ਲਗਾਇਓ ਤੁਸੀਂ। ਆਪਾਂ 2 ਮਿੰਟ ਇਹਨੂੰ ਮਲ ਕੇ ਚੰਗੀ ਤਰ੍ਹਾਂ ਮਸਾਜ ਕਰਕੇ ਦੂਸਰੇ ਹੱਥ ਨਾਲ ਫਿਰ ਮਿਲਾ ਕੇ ਤੁਹਾਨੂੰ ਹੱਥ ਦਿਖਾਉਂਦੇ ਹਾਂ ਆਪਾਂ। ਪੋਲੇ ਪੋਲੇ ਹੱਥਾਂ ਨਾਲ ਹੀ ਉਂਗਲਾਂ ਨਾਲ ਮਲਣਾ ਜੀ ਇਹ ਆਪਾਂ। ਰਾਤ ਨੂੰ ਲਗਾਉਣੀ ਹੈ ਜੀ ਇਹ ਕਰੀਮ, ਆਪਾਂ ਦਿਨ ਨੂੰ ਨਹੀਂ ਲਗਾਉਣੀ, ਰਾਤ ਨੂੰ ਪੈਣ ਤੋਂ ਪਹਿਲਾਂ ਮੂੰਹ ਧੋ ਕੇ ਸਾਫ਼ ਪਾਣੀ ਨਾਲ, ਕੋਈ ਸਾਬਣ ਵਗੈਰਾ ਨਹੀਂ ਲਾਉਣੀ, ਫਿਰ ਇਹਨੂੰ ਚੰਗੀ ਤਰ੍ਹਾਂ ਆਪਾਂ ਮਸਾਜ ਕਰਕੇ ਥੋੜ੍ਹੀ ਜਿਹੀ ਲਾ ਕੇ ਸੜ ਦੇਣੀ ਹੈ ਜੀ ਰਾਤ ਭਰ, ਸਵੇਰੇ ਸਿੰਪਲ ਪਾਣੀ ਨਾਲ ਮੂੰਹ ਧੋ ਲੈਣਾ। ਥੋੜ੍ਹੀ ਜਿਹੀ ਲੱਗਦੀ ਹੈ ਜੀ ਇਹ, ਬਹੁਤ ਵਧੀਆ ਕਰੀਮ ਬਣ ਕੇ ਤਿਆਰ ਹੁੰਦੀ ਹੈ, ਤੁਸੀਂ ਟਰਾਈ ਜ਼ਰੂਰ ਕਰਿਓ। ਰੰਗ ਸਾਫ਼ ਹੁੰਦਾ ਇਹਦੇ ਨਾਲ, ਦਾਗ ਧੱਬੇ ਹਟਦੇ ਨੇ। ਇਹ ਦੇਖੋ ਜੀ ਸਾਈਡ ਲਾਈਟ ਪੈ ਰਹੀ ਹੈ, ਇਹ ਦੂਸਰੇ ਹੱਥ 'ਤੇ, ਇਹਦੇ 'ਚ ਦੇਖੋ ਫਰਕ ਕਿੰਨਾ ਫਰਕ ਹੈ ਜੀ। ਕੈਮਰੇ ਸਾਈਡ ਤੁਹਾਨੂੰ ਘੱਟ ਦਿਖਦਾ ਹੋਵੇ, ਦੂਸਰੀ ਸਾਈਡ ਤੋਂ ਕਰਕੇ ਦੇਖਦੇ ਹਾਂ ਜੀ ਆਪਾਂ ਕੈਮਰਾ, ਇੱਧਰੋਂ ਲਾਈਟ ਦਾ ਚਾਨਣ ਪੈ ਰਿਹਾ। ਇਹ ਦੇਖੋ ਜੀ ਇਹਦੇ ਵਿੱਚ ਹੁਣ ਦਿਖ ਰਿਹਾ, ਇਹਦੇ ਉੱਤੇ ਕਰੀਮ ਲਾਉਣ ਨਾਲ ਸਾਈਨਿੰਗ ਵੀ ਆ ਗਈ ਅਤੇ ਸਾਫ਼ ਵੀ ਹੋ ਗਿਆ ਜੀ ਇੱਕ ਵਾਰੀ ਲਗਾਉਣ ਨਾਲ। ਜਦੋਂ ਆਪਾਂ ਇਹਨੂੰ ਡੇਲੀ ਡੇਲੀ ਯੂਜ਼ ਕਰਾਂਗੇ ਤਾਂ ਬਹੁਤ ਫਰਕ ਪੈਂਦਾ ਜੀ, ਹਫ਼ਤਾ 10 ਦਿਨ ਤੁਸੀਂ ਲਗਾ ਕੇ ਦੇਖਿਓ ਫਿਰ ਦੇਖਿਓ ਜੀ ਫਰਕ। ਸੀਸੀ 'ਚ ਪਾ ਕੇ ਢੱਕਣ ਲਾ ਕੇ ਆਪਾਂ ਇਹਨੂੰ ਫਰਿੱਜ 'ਚ ਰੱਖ ਲਵਾਂਗੇ ਜੀ। ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ। ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ, ਸਾਨੂੰ ਤੁਹਾਡੇ ਸਾਥ ਅਤੇ ਸਪੋਰਟ ਦੀ ਜ਼ਰੂਰਤ ਹੈ, ਸਪੋਰਟ ਵੱਧ ਤੋਂ ਵੱਧ ਕਰਿਓ ਜੀ।
ਇਹ ਆਪਾਂ ਰੱਖ ਲੈਂਦੇ ਹਾਂ ਜੀ, ਪੈਣ ਲੱਗੇ ਲਾ ਲਾਂਗੇ ਆਪਾਂ ਇਹਨੂੰ। ਆਪਣੇ ਕੋਲ ਜੈੱਲ ਘੱਟ ਸੀਗੀ ਜੀ ਅੱਜ, ਤਾਂ ਕਰਕੇ ਆਪਾਂ ਕਰੀਮ ਥੋੜ੍ਹੀ ਬਣਾਈ ਹੈ। ਇਹ ਖਤਮ ਹੋ ਗਈ ਤਾਂ ਆਪਾਂ ਫਿਰ ਬਣਾ ਕੇ ਰੱਖ ਲਵਾਂਗੇ।